चक तानू लत्ता खिच के रख दिया ओए लियाओ दूजे नू पाओ लम्मा चल छेती कर छेती मेरा बावला ओ भाई दा हुण के दोबारा लमाउणा नंबर बैठा था ता जे बैठण जोगा ए होवा ए रखे नू खिच के मारा जा आरयो की समझ रखया पुलिस नू तुसी दूजे नू पाओ दूजे नू लेके आओ वैसे पुलिस वालियां दा हिसाब पक्का सब नू मंडवा प्रसाद मिलता ओए मार मार छलती सालियां दी फिर वे किवें दंद कढ़दे साले ढीठ ना होण तां जिन्ना चिर मैनू गांधी दा पता नहीं ना दसदे मैं छड्डना नहीं गांधी चाहीदा मैनू गांधी ले आ गया गांधी ओए इन्हां नू पेश कर दी तैयारी करो जी जनाब ਸਲਾ ਬਾਹਰ ਨਾਲੋਂ ਵਧੀਆ ਮਾਲ ਤਾਂ ਜੇਲ੍ਹ 'ਚ ਮਿਲਦਾ ਹੋਏ ਥੋੜੇ ਨਜ਼ਾਰੇ ਹੀ ਲਿਆਉਂਦੇ ਪਏ ਨੇ ਗਾਂਧੀ ਬਾਈ ਤੂੰ ਵੀ ਕਮਾਲ ਦਾ ਬੰਦਾ ਸਾਡੇ ਨਾਲ ਹੀ ਜੇਲ੍ਹ 'ਚ ਆ ਗਏ ਸਾਲਿਓ ਹੱਡਾਂ 'ਚ ਤਾਂ ਬੈਠੇ ਪਏ ਹੋ ਜਿੱਥੇ ਮੇਰੇ ਯਾਰ ਉੱਥੇ ਮੈਂ ਸਾਲੀ ਇੱਕ ਗੱਲ ਦੀ ਸਮਝ ਨਹੀਂ ਆਈ ਬਾਈ ਪੁਲਿਸ ਨੂੰ ਆਪਣਾ ਪਤਾ ਕਿਵੇਂ ਲੱਗਿਆ ਮੇਰੇ ਮੂੰਹ 'ਚੋਂ ਨਿਕਲ ਗਿਆ ਸੀ ਸੁਲੜੇ ਵਾਲਾ ਗਾਂਧੀ ਖੰਡੇ ਵਾਲਾ ਜੀਤਾ ਹਰੀ ਉੱਪਰ ਪੁਲਿਸ ਨੇ ਤੈਨੂੰ ਫੜਿਆ ਕਿਵੇਂ ਉਹ ਮੈਂ ਐਸ ਆਈ ਦਾ ਪਿਸਤੌਲ ਮੋੜਨ ਥਾਣੇ ਗਿਆ ਉਹਨਾਂ ਨੇ ਮੈਨੂੰ ਹੀ ਰੱਖ ਲਿਆ ਓਏ ਹੁਣ ਇੱਥੋਂ ਕਿਵੇਂ ਨਿਕਲੀਏ ਜੇ ਪਿੰਡਾ ਬਾਹਰ ਹੁੰਦਾ ਤਾਂ ਲਾਉਂਦਾ ਕੋਈ ਜਿਗਿਆੜ ਓਹੋ ਉਹ ਤਾਂ ਸਾਲਾ ਕਿਸੇ ਹੋਰ ਪਾਸੇ ਫਸਿਆ ਫਿਰਦਾ ਚਲੋ ਬਈ ਮੁੰਡਿਓ ਜ਼ਮਾਨਤ ਹੋ ਗਈ ਤੁਹਾਡੀ ਹੋਰ ਗਾਂਧੀ ਮੁੰਡੇ ਤਕੜੇ ਨੇ ਸਾਰੇ ਠੀਕ ਨੇ ਬਾਈ ਯਾਰ ਮੈਨੂੰ ਮਾਫ ਕਰੀ ਥੋੜੀ ਦੇਰ ਹੋ ਗਈ ਜ਼ਮਾਨਤ ਕਰਾਉਣ ਚ ਬਾਈ ਤੁਹਾਡਾ ਸਾਡੇ ਲਈ ਇੰਨਾ ਕਰੋ ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਤੂੰ ਮੇਰੇ ਨਾਲ ਗੱਡੀ 'ਚ ਬੈਠ ਤੇਰੇ ਨਾਲ ਗੱਲ ਕਰਨੀ ਆ ਜ਼ਰੂਰੀ ਇਹ ਉਹੀ ਪ੍ਰਧਾਨ ਨੇ ਜਿਹੜਾ ਮੰਤਰੀ ਦਾ ਦੁਸ਼ਮਣ ਹੈ ਦੁਸ਼ਮਣ ਮੰਤਰੀ ਦਾ ਆਪਣਾ ਤਾਂ ਦੋਸਤ ਹੈ ਜਿਹੜਾ ਮੌਕੇ 'ਤੇ ਕੰਮ ਆ ਗਿਆ ਗਾਂਧੀ ਤੂੰ ਚੰਗਾ ਮੁੰਡਾ ਤੂੰ ਕਿਉਂ ਇਹੋ ਜਿਹੇ ਬੰਦੇ ਨਾਲ ਮੁਲਾਜ਼ੇਦਾਰੀ ਪਾਈ ਉਹ ਜਦੋਂ ਉਹਨੂੰ ਆਪਣੀ ਕੁਰਸੀ ਦਾ ਖਤਰਾ ਹੁੰਦਾ ਨਾ ਤਾਂ ਉਹ ਆਪਣਾ ਪੱਲਾ ਖਿੱਚ ਲੈਂਦਾ ਗਾਂਧੀ ਤੋਂ ਪੱਲਾ ਛੁਡਾਉਣਾ ਇੰਨਾ ਆਸਾਨ ਕੰਮ ਨਹੀਂ ਕਦੇ ਤਾਂ ਉਜਾੜ ਥੱਲੇ ਤਾਂ ਸਮਝ ਲੈ ਆ ਗਿਆ ਜਾੜ ਥੱਲੇ ਕੱਲ੍ਹ ਨੂੰ ਯੁਵਾ ਰੈਲੀ ਆ ਬਹੁਤ ਵੱਡੀ ਅਤੇ ਉੱਥੇ ਸ਼ੇਰ ਸਿੰਘ ਵੀ ਆਊਗਾ ਅਤੇ ਉਹੀ ਆਪਣਾ ਘਸਿਆ ਪਿਟਿਆ ਝੂਠਾ ਮੁੱਠਾ ਭਾਸ਼ਣ ਦਿਓ ਤੂੰ ਸਮਝ ਰਿਹਾ ਨਾ ਮੈਂ ਕੀ ਕਹਿਣਾ ਚਾਹੁੰਦਾ ਸੋ ਮੇਰੇ ਵੀਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਪੰਡਾਲ ਵਿੱਚ ਸਾਰੀ ਹੀ ਦੂਰੋਂ ਨੇੜੋਂ ਪਹੁੰਚੀ ਹੋਈ ਸਮੂਹ ਸਾਧ ਸੰਗਤ ਦਾ ਸਾਡੀ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ ਸੋ ਹੁਣ ਮੈਂ ਮੰਚ 'ਤੇ ਬੁਲਾ ਰਿਹਾ ਉਹ ਸ਼ਖਸੀਅਤ ਜਿਨ੍ਹਾਂ ਨੇ ਦਿਨ ਰਾਤ ਬੜੀ ਮਿਹਨਤ ਕਰਕੇ ਪਾਰਟੀ ਨੂੰ ਇੱਥੇ ਤੱਕ ਪਹੁੰਚਾਇਆ ਹੈ ਹੁਣ ਮੈਂ ਸੱਦਾ ਦੇਣਾ ਚਾਹੁੰਦਾ ਮਾਣਯੋਗ ਮੰਤਰੀ ਸ਼ੇਰ ਸਿੰਘ ਜੀ ਨੂੰ ਉਹ ਮੰਚ 'ਤੇ ਆਉਣ ਅਤੇ ਇਨਾਮ ਵੰਡ ਸਮਾਰੋਹ ਸ਼ੁਰੂ ਕਰਨ ਇਨਾਮ ਲੈਣ ਲਈ ਹਰਪ੍ਰੀਤ ਸਿੰਘ ਅਵੀ ਮੰਚ 'ਤੇ ਆਉਣ ਆਓ ਜੀ ਮੰਤਰੀ ਜੀ ਮੰਤਰੀ ਸ਼ੇਰ ਸਿੰਘ ਜਿੰਦਾਬਾਦ 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 ਮੰਤਰੀ ਸ਼ੇਰ ਸਿੰਘ ਜਿੰਦਾਬਾਦ 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 ਮੰਤਰੀ ਸ਼ੇਰ ਸਿੰਘ ਜਿੰਦਾਬਾਦ 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 ਗੱਲ ਹੱਕ ਦੀ ਕਰਾਂਗੇ ਗੱਲ ਸੱਚ ਦੀ ਕਰਾਂਗੇ ਰੁਪਿੰਦਰ ਗਾਂਧੀ ਜਿੰਦਾਬਾਦ ਰੁਪਿੰਦਰ ਗਾਂਧੀ ਜਿੰਦਾਬਾਦ ਰੁਪਿੰਦਰ ਗਾਂਧੀ ਜਿੰਦਾਬਾਦ ਰੁਪਿੰਦਰ ਗਾਂਧੀ ਜਿੰਦਾਬਾਦ ਜਰਾ ਇਧਰ ਜੀ ਸਾਡਾ ਗਾਂਧੀ ਜਿੰਦਾਬਾਦ ਸਾਡਾ
ਗਾਂਧੀ।